ਇਸ 1-to-1 ਸ਼ੋਅ 'ਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਮਹਿਮਾਨ ਨੇ ਮਸ਼ਹੂਰ ਗਾਇਕ ਅਤੇ ਫਿਲਮੀ ਸਿਤਾਰੇ ਹਰਭਜਨ ਮਾਨ। ਉਹਨਾਂ ਦੀ ਨਵੀਂ ਫਿਲਮ ਗਦਾਰ ਕੁਝ ਹੀ ਦਿਨਾਂ 'ਚ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਸ਼ਾਇਦ ਇਸ ਪੱਧਰ ਦੀ ਪਹਿਲੀ ਪੰਜਾਬੀ ਸਸਪੈਂਸ ਥ੍ਰਿਲਰ ਹੈ। ਹਰਭਜਨ ਮਾਨ ਜਿਹੜੇ ਆਮ ਤੌਰ 'ਤੇ ਇੱਕ ਬੀਬੇ ਅਤੇ ਸ਼ਰੀਫ ਨੌਜਵਾਨ ਦੀ ਭੂਮਿਕਾ ਨਿਭਾਉਂਦੇ ਰਹੇ ਨੇ, ਉਹ ਇਸ ਫਿਲਮ 'ਚ ਇੱਕ ਵੱਡੇ ਰੰਗੀਲੇ ਬਿਜ਼ਨਸਮੈਨ ਦਾ ਰੋਲ ਪਲੇ ਕਰ ਰਹੇ ਨੇ। ਬਾਅਦ 'ਚ ਉਹਨਾਂ ਦੀ ਜ਼ਿੰਦਗੀ 'ਚ ਬਦਲਾਵ ਕਿਵੇਂ ਆਉਂਦਾ ਹੈ, ਜ਼ਿੰਦਗੀ ਕਿਵੇਂ ਪਲਟਾ ਖਾਂਦੀ ਹੈ, ਅੱਜ ਅਸੀਂ ਉਹਨਾਂ ਨਾਲ ਇਸ ਫਿਲਮ ਬਾਰੇ ਅਤੇ ਕੁਝ ਹੋਰ ਪੱਖਾਂ ਬਾਰੇ ਗੱਲ ਕਰਨ ਜਾ ਰਹੇ ਹਾਂ। ਹਰਭਜਨ, ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਹਰਭਜਨ, ਸੁਣਿਆ ਮੈਂ ਜਿਹੜੀ ਤੁਹਾਡੀ ਆਉਣ ਵਾਲੀ ਫਿਲਮ ਹੈ ਗੱਦਾਰ, ਇਹ ਹੁਣ ਜਿਹੜੀਆਂ ਫਿਲਮਾਂ 'ਚ ਤੁਸੀਂ ਹੁਣ ਤੱਕ ਐਕਟ ਕੀਤਾ ਉਹਦੇ ਨਾਲ ਬਿਲਕੁਲ ਵੱਖਰੀ ਆ, ਇਹ ਦੱਸੋਗੇ ਵੱਖਰੀ ਕਿਵੇਂ ਆ? ਮੇਰਾ ਖਿਆਲ ਜੀ ਉਹ ਕਹਿੰਦੇ ਵੀ ਕੰਮ ਕਰਦਿਆਂ ਦੇ ਸਾਕ ਮਿਲਦਿਆਂ ਦੇ, ਅਤੇ ਕੰਮ ਕਰਦਿਆਂ ਕਰਦਿਆਂ ਹੁਣ ਜਿਹੜਾ ਇੱਕ ਮੇਰੇ ਅੰਦਰ ਐਕਟਰ ਆ, ਮੇਰਾ ਖਿਆਲ ਆ ਉਹ ਪਹਿਲੀਆਂ ਵੀ ਫਿਲਮਾਂ ਸੀ ਲੋਕਾਂ ਨੂੰ ਪਸੰਦ ਹੈ, ਅਗਰ ਉਹ ਕਾਮਯਾਬ ਹੋਈਆਂ ਤਾਂ ਉਹਦੇ ਵਿੱਚ ਜ਼ਰੂਰ ਕੁਛ ਅੱਛਾ ਹੋਏਗਾ, ਲੇਕਿਨ ਇੱਕ ਐਕਟਰ ਦੇ ਤੌਰ 'ਤੇ ਕੰਮ ਕਰਦਿਆਂ ਕਰਦਿਆਂ ਜੋ ਸਮਝ ਆਉਂਦੀ ਹੈ, ਅਤੇ ਹੁਣ ਇਹ ਜਿਹੜੀ ਕਿ ਚੇਂਜ ਸੀ ਉਹ ਹਾਣੀ ਨਾਲ ਸ਼ੁਰੂਆਤ ਹੋਈ, ਅਤੇ ਹਾਣੀ ਤੋਂ ਬਾਅਦ ਤਾਂ ਇਹ ਪੱਕਾ ਹੀ ਸੀ ਕਿ ਜਿਹੜੀ ਹੁਣ ਫਿਲਮ ਆਏਗੀ ਉਹ 'ਚ ਹਰਭਜਨ ਮਾਨ ਨਹੀਂ ਹੋਏਗਾ। ਓਕੇ, ਉਹ ਇੱਕ ਕਿਰਦਾਰ ਹੋਏਗਾ, ਇੱਕ ਐਕਟਰ ਹੋਏਗਾ, ਅਤੇ ਉਹਦੀ ਲੁੱਕ 'ਤੇ, ਉਹਦੀ ਹਰ ਚੀਜ਼ 'ਤੇ, ਉਹ ਕਿਰਦਾਰ ਦੇ ਵਿੱਚ ਵੱਧ ਤੋਂ ਵੱਧ ਆਪਣੇ ਆਪ ਨੂੰ ਢਾਲਣ ਲਈ ਕੰਮ ਕੀਤਾ ਜਾਊਗਾ। ਸੋ ਇਹਦੇ ਵਿੱਚ ਗਦਾਰ ਇੱਕ ਐਸੀ ਫਿਲਮ ਹੈ ਕਿ ਹਰਭਜਨ ਮਾਨ ਕਿਸੇ ਵੀ ਪੱਖ ਤੋਂ ਤੁਹਾਨੂੰ ਹਰਭਜਨ ਮਾਨ ਨਹੀਂ, ਉਹ ਫਿਲਮ ਦਾ ਜੈ ਸਿੰਘ ਜੋ ਕਿਰਦਾਰ ਹੈ ਉਹ ਨਜ਼ਰ ਆਏਗਾ ਜੀ ਫਿਲਮ ਦੇ ਵਿੱਚ। ਇਹਦੇ ਤੁਸੀਂ ਜੈ ਸਿੰਘ ਇੱਕ ਅਮੀਰ ਬਿਜ਼ਨਸਮੈਨ ਦਾ ਰੋਲ ਪਲੇ ਕਰ ਰਹੇ ਜਿਹੜੇ ਬਾਹਰ ਰਹਿੰਦੇ ਔਰ ਫਿਰ ਉਹਦੀ ਜ਼ਿੰਦਗੀ ਇੱਕ ਪਲਟਾ ਖਾਂਦੀ ਆ, ਇਹ ਦੱਸੋਗੇ ਕਿ ਕੀ ਐਗਜੈਕਟਲੀ ਫਿਲਮ? ਫਿਲਮ ਗਦਾਰ ਜੀ ਪਹਿਲੀ ਦਫ਼ਾ ਸਸਪੈਂਸ ਥ੍ਰਿਲਰ ਜਿਹਨੂੰ ਅਸੀਂ ਕਹਿ ਸਕਦੇ ਕਿ ਪੰਜਾਬੀ ਵਿੱਚ ਅਟੈਂਪਟ ਕੀਤੀ ਗਈ ਪੰਜਾਬੀ ਸਿਨੇਮੇ ਵਿੱਚ। ਤੋ ਮੈਂ ਜੇ ਜ਼ਿਆਦਾ ਉਹਦੇ ਪੱਤੇ ਖੋਲੂੰਗਾ ਤਾਂ ਉਹ ਕੈਰੈਕਟਰ ਦਾ ਮਜ਼ਾ, ਕਹਾਣੀ ਦਾ ਮਜ਼ਾ ਨਹੀਂ ਰਹਿਣਾ। ਹਾਂ, ਇੰਨਾ ਜ਼ਰੂਰ ਹੈ ਕਿ ਹਰ ਬੰਦੇ ਦੀ ਪਾਸਟ ਵਿੱਚ, ਸਾਡੀ ਸਭ ਦੀ ਕੋਈ ਨਾ ਕੋਈ ਹਿਸਟਰੀ ਹੈ, ਉਹ ਹਿਸਟਰੀ ਦੇ ਵਿੱਚ ਕਈ ਵਾਰੀ ਐਸੇ ਸੱਚ ਜਦੋਂ ਬਾਹਰ ਆਉਂਦੇ ਆ ਤਾਂ ਉਹ ਮੌਜੂਦਾ, ਚਾਹੇ ਜਿੰਨੇ ਮਰਜ਼ੀ ਅਸੀਂ ਕਾਮਯਾਬ ਹਾਂ, ਜਿਸ ਤਰ੍ਹਾਂ ਮਰਜ਼ੀ ਅਸੀਂ ਜ਼ਿੰਦਗੀ ਵਿੱਚ ਵੈਲ ਸੈਟਲਡ ਹਾਂ, ਜਿੰਨਾ ਚਿਰ ਅਸੀਂ ਉਹਦੇ ਤਹਿ ਤੱਕ ਨਹੀਂ ਜਾਂਦੇ ਉਹ ਸਾਨੂੰ ਚੈਨ ਨਾਲ ਟਿਕਣ ਨਹੀਂ ਦਿੰਦਾ, ਬੈਠਣ ਨਹੀਂ ਦਿੰਦਾ। ਤੋ ਇਸੇ ਤਰ੍ਹਾਂ ਬੇਸ਼ੱਕ ਕਿ ਜੈ ਸਿੰਘ ਇੱਕ ਬਹੁਤ ਅਮੀਰ, ਇੱਕ ਵੈਲ ਅਸਟੈਬਲਿਸ਼ਡ ਬਿਜ਼ਨਸਮੈਨ ਆ ਦੁਨੀਆ ਭਰ ਦੇ ਇੰਡੀਅਨਸ ਦੇ ਵਿੱਚੋਂ, ਪਰ ਕੁਛ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਜਿਹੜੀਆਂ ਉਹ ਕਿਉਂ ਵਾਪਰੀਆਂ, ਕੀ ਉਹਦੇ ਕਾਰਨ ਸੀਗੇ, ਕਿੱਥੇ ਵਾਪਰੀਆਂ, ਕਿਹਦੇ ਨਾਲ ਵਾਪਰੀਆਂ, ਉਹ ਹੌਲੀ ਹੌਲੀ ਉਹਦੀਆਂ ਪਰਤਾਂ ਖੁੱਲਦੀ। ਇਹਦੇ 'ਚ ਪੁਲਿਸ ਦਾ ਵੀ ਰੋਲ ਦਿਖਾਇਆ ਗਿਆ, ਇਹ ਕੋਈ ਮਿਲੀਟੈਂਸੀ ਖਾੜਕੂਵਾਦ ਪੀਰੀਅਡ ਦਾ ਜਾਂ ਉਸ ਤੋਂ ਬਾਅਦ ਕੋਈ ਨੋਰਮਲ ਪੁਲਿਸ ਫੰਕਸ਼ਨਿੰਗ ਦਾ ਇਹਦੇ 'ਚ ਰੋਲ? ਕੁਛ ਐਸੀਆਂ, ਮੈਂ ਜ਼ਿਆਦਾ ਇਸ ਬਾਰੇ ਬੋਲਣਾ ਨਹੀਂ ਚਾਹੁੰਦਾ ਜੀ, ਕਿਉਂਕਿ ਫਿਲਮ ਦਾ ਨਾ ਬਿਲਕੁਲ ਮਜ਼ਾ ਜਾਂਦਾ ਰਹੇਗਾ, ਲੇਕਿਨ ਕੁਛ ਹਨ ਐਸੀਆਂ ਜ਼ਿਆਦਤੀਆਂ ਜਿਹਨਾਂ ਦਾ ਕੁਛ ਰੈਫਰੈਂਸ, ਕੁਛ ਜਿਹੜਾ ਜ਼ਿਕਰ ਆਏਗਾ ਜੀ। ਜੀ, ਹੁਣ ਤੱਕ ਅਸੀਂ ਜਿਹੜੇ ਹਰਭਜਨ ਮਾਨ ਨੂੰ ਫਿਲਮਾਂ 'ਚ ਦੇਖਦੇ ਰਹੇ ਹਾਂ ਉਹ ਇੱਕ ਬੜੇ ਬੀਬੇ ਸ਼ਰੀਫ ਇਨਸਾਨ ਵੇਖਦੇ ਆਏ ਹਾਂ, ਇਹੋ ਜਿਹੇ ਇਨਸਾਨ ਜਿਹੜੇ ਮਾਂ ਬਾਪ ਆ ਜਿਹਨਾਂ ਦੀਆਂ ਲੜਕੀਆਂ ਮੈਰਿਜਬਲ ਏਜ ਹੁੰਦੀਆਂ ਵਾ ਉਹ ਬਹੁਤ ਪਸੰਦ ਕਰਦੀਆਂ ਸੀ, ਔਰ ਹੁਣ ਇਹਦੇ 'ਚ ਇਸ ਫਿਲਮ ਦੇ ਵਿੱਚ ਮੈਂ ਜੋ ਟ੍ਰੇਲਰ ਵੇਖਿਆ ਵਾ ਹਰਭਜਨ ਮਾਨ ਸ਼ਰਾਬ ਦਾ ਗਲਾਸ ਹੱਥ 'ਚ ਲੜਕੀਆਂ ਡਾਂਸ ਕਰ ਰਹੀਆਂ, ਸੋ ਇਹ ਰੋਲ ਨਿਭਾਉਣਾ ਕਿੰਨਾ ਕੁ ਔਖਾ ਸੀ? ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਐਜ਼ ਇਨ ਐਕਟਰ ਵੈਸੇ ਜਿਹੜਾ ਕਿ ਬੇਸਿਕ ਤੁਹਾਡੀ ਨੇਚਰ ਹੁੰਦੀ ਹੈ ਜੀ, ਉਹਦੇ ਵਿੱਚ ਕੋਈ ਬਹੁਤਾ ਬਦਲਾਵ ਨਹੀਂ ਆਉਂਦਾ। ਪਹਿਲਾਂ ਸੀ ਜਦ ਫਿਲਮਾਂ ਕੀਤੀਆਂ ਜਿੰਨੀਆਂ, ਉਹ ਇੱਕ ਤਾਂ ਡਾਇਰੈਕਟਰ ਦਾ, ਹਰ ਡਾਇਰੈਕਟਰ ਦਾ ਆਪਣੇ ਟਾਈਪ ਦਾ ਸਿਨੇਮਾ ਹੁੰਦਾ ਜੀ, ਮੰਝ ਦੀਆਂ ਫਿਲਮਾਂ ਫੈਮਿਲੀ ਦੇ ਵਿੱਚ ਉਸ ਤਰ੍ਹਾਂ ਦੀਆਂ, ਉਹ ਹਰਭਜਨ ਮਾਨ ਦੇ ਉਸਦੇ ਸੁਭਾਅ ਦੇ ਆਲੇ ਦੁਆਲੇ ਉਹਦਾ ਤਾਣਾ ਬਾਣਾ ਬੁਣ ਲੈਂਦੇ ਸੀ ਬਹੁਤ ਖੂਬਸੂਰਤ ਤਰੀਕੇ ਨਾਲ, ਅਤੇ ਅਮਤੋਜ ਹੁਰੀ ਜ਼ਿਆਦਾ ਇਹਨਾਂ ਦਾ ਜਿਹੜਾ ਸਿਨੇਮਾ ਕਿ ਉਹ ਇੱਕ ਕੈਰੇਕਟਰ ਵਿੱਚ ਵੜ ਕੇ ਜੀ, ਉੱਥੇ ਹਾਸੇ ਦੀ ਗੱਲ ਆ ਕਿ ਜਦੋਂ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਤਾਂ
ਅਮਤੋਜ ਹੋਰੀ ਕਹਿੰਦੇ ਮੈਨੂੰ ਹਰਭਜਨ ਮਾਨ ਨਹੀਂ ਚਾਹੀਦਾ ਹੈਗਾ। ਓਕੇ, ਮੈਂ ਕਿਹਾ ਜੀ ਦੁਨੀਆ ਤਾਂ ਅੱਜ ਕੱਲ੍ਹ ਸਾਈਨ ਹੀ ਪੰਜਾਬੀ ਸਿੰਗਰ ਨੂੰ ਇਸ ਕਰਕੇ ਕਰਦੀ ਹੈ ਕਿ ਇਹਦਾ ਨਾਂ ਜੀ ਚਲੋ ਸ਼ਾਇਦ ਫਿਲਮ ਚੱਲ ਜਾਵੇ। ਸੋ ਉਹਦੇ ਵਿੱਚ ਬਹੁਤ ਜ਼ਰੂਰੀ ਸੀ, ਜਿਸ ਤਰ੍ਹਾਂ ਬਾਕੀ ਮੈਂ ਤੁਹਾਨੂੰ ਕਿਹਾ ਜੀ ਕਿ ਮੇਰੇ ਅੰਦਰਲਾ ਵੀ ਜਿਹੜਾ ਕਲਾਕਾਰ ਹੁਣ ਚਾਹੁੰਦਾ ਕਿ ਮੈਂ ਕੁਛ ਐਸਾ ਕਰਾਂ ਕਿ ਜਿਹੜਾ ਮੈਨੂੰ ਖੁਦ ਨੂੰ ਚੈਲੰਜ ਕਰੇ, ਮੈਨੂੰ ਚੈਲੰਜ ਦੇਵੇ ਉਹ। ਅਤੇ ਥੋੜ੍ਹਾ ਜਿਹਾ ਇਹਦੇ ਲਈ ਵਰਕਸ਼ਾਪਸ ਲਗਾਈਆਂ, ਤਿਆਰੀ ਕੀਤੀ, ਔਰ ਅਮਤੋਜ ਹੋਰੀ ਖੁਦ ਇੱਕ ਐਕਟਰ ਡਾਇਰੈਕਟਰ ਆ, ਅਤੇ ਉਹ ਕਰਕੇ ਕਿਉਂਕਿ ਉਹਨਾਂ ਦੇ ਬਹੁਤ ਸਾਲਾਂ ਤੋਂ ਇਹ ਕੈਰੇਕਟਰ ਮਨ 'ਚ ਵਸਿਆ ਹੋਇਆ ਸੀਗਾ, ਥੋੜ੍ਹਾ ਜਿਹਾ ਲੱਗਿਆ ਟਾਈਮ, ਪਰ ਉਹਦੇ ਵਿੱਚ ਫਿਰ ਜਦ ਬੜੇ ਤੋਂ ਜਦੋਂ ਐਕਟਿੰਗ ਕੀਤੀ ਕਿੰਨੀ ਕੁ ਨੈਚੁਰਲ ਐਕਟਿੰਗ ਸੀ ਅਤੇ ਕਿੰਨਾ ਕੁ ਪੁੱਟ ਆਨ ਕਰਨਾ ਪਿਆ ਐਕਟ ਜਿਹੜਾ? ਮੇਰਾ ਖਿਆਲ ਕੋਈ ਉਹਦੇ ਵਿੱਚ ਜ਼ਿਆਦਾ ਪੁੱਟ ਆਉਣ ਨਹੀਂ ਜੀ। ਮੈਨੂੰ ਇਸ ਚੀਜ਼ ਦਾ ਮਾਣ ਹੈ ਕਿ ਕੱਲ੍ਹ ਵੀ ਤੋਜ ਹੋਈ ਉਹਨਾਂ ਨੇ ਤਾਂ ਸਾਰੀ ਹੁਣ ਫਿਲਮ ਦੇਖ ਲਈ, ਪੋਸਟ ਪ੍ਰੋਡਕਸ਼ਨ ਦੇ ਵਿੱਚ ਮੈਂ ਬਾਹਰ ਸੀ, ਅਤੇ ਕੱਲ੍ਹ ਵੀ ਉਹਨਾਂ ਨੇ ਸ਼ਾਬਾਸ਼ ਦਿੱਤੀ ਕਿ ਬਹੁਤ ਅਪਰੀਸ਼ੀਏਟ ਕਰਨਗੇ ਲੋਕ ਤੁਹਾਡੇ ਕੰਮ ਨੂੰ। ਸੋ ਮੈਨੂੰ ਲੱਗ ਰਿਹਾ ਜੀ ਕਿ ਬਹੁਤ ਮੈਂ ਨੀਅਤ ਚੰਗੀ ਨੀਅਤ ਨਾਲ, ਬਹੁਤ ਮਿਹਨਤ ਨਾਲ ਇਹ ਕਿਰਦਾਰ ਨਿਭਾਉਣ ਦੀ ਕੋਸ਼ਿਸ਼। ਸੋ ਜਿਹੜਾ ਹਰਭਜਨ ਮਾਨ ਨੂੰ ਇਸ ਕਿਰਦਾਰ ਦੇ ਵਿੱਚ ਪੇਸ਼ ਕੀਤਾ, ਇਹ ਸੁਮਿਤ ਸਿੰਘ ਪ੍ਰੋਡਿਊਸਰ ਦਾ ਆਈਡੀਆ ਸੀ ਜਾਂ ਅਮਤੋਜ ਮਾਨ? ਨਹੀਂ, ਇਹ ਕਹਾਣੀ ਸਾਰੀ ਪਹਿਲਾਂ ਅਮਤੋਜ ਹੋਰਾਂ ਦੀ ਸੀ ਜੀ। ਸੱਚੀ ਗੱਲ ਇਹ ਹੈਗੀ ਕਿ ਅਸੀਂ ਹਾਣੀ ਫਿਲਮ ਬਣਾਈ ਸਾਡੀ, ਪਹਿਲਾਂ ਤੋਂ ਇਹ ਸੀਗੀ ਅਮਤੋਜ ਨੇ ਜਦ ਮੈਨੂੰ ਮਿਰਜ਼ਾ ਵੀਡੀਓ ਵਿੱਚ ਪੇਸ਼ ਕੀਤਾ, ਉਹ ਵੀ ਬਿਲਕੁਲ ਇੱਕ ਅਲੱਗ ਇਮੇਜ ਦੇ ਵਿੱਚ ਰੰਗ 'ਚ ਮੈਨੂੰ ਪੇਸ਼ ਕੀਤਾ ਸੀ। ਜਦੋਂ ਕੁਛ ਸਾਲ ਫਿਰ ਅਸੀਂ ਇਕੱਠੇ ਮਿਲਦੇ ਸੀ ਹਮੇਸ਼ਾ, ਲੇਕਿਨ ਫਿਲਮ ਕੰਮ ਕਰਨ ਦਾ ਸੁਭਾਵਣਾ ਬਣਿਆ ਅਤੇ ਹਾਣੀ ਬਣਾਈ, ਉਹ ਫਿਲਮ ਬਹੁਤ ਖੂਬਸੂਰਤ ਬਣੀ, ਲੇਕਿਨ ਉਹ ਫਿਲਮ ਦਾ ਜਦੋਂ ਪ੍ਰਮੋਸ਼ਨ ਦਾ ਉਹ ਵਕਤ ਆਇਆ ਅਤੇ ਉਦੋਂ ਸਾਡੇ ਦੋਨਾਂ ਕੋਲ ਪੈਸੇ ਖਤਮ ਹੋ ਗਏ। ਓਕੇ ਓਕੇ, ਸੋ ਉਹ ਫਿਲਮ ਜਦੋਂ ਜਿਉਂ ਜਿਉਂ ਲੋਕਾਂ ਨੇ ਦੇਖੀ, ਉਹ ਫਿਲਮ ਦੀ ਬਹੁਤ ਤਾਰੀਫ ਹੋਈ, ਅਤੇ ਹੁਣ ਜਦੋਂ ਗਦਾਰ ਦਾ ਸਬਜੈਕਟ ਜਿਹੜਾ 6-7 ਸਾਲਾਂ ਤੋਂ ਅਮਤੋਜ ਹੋਰਾਂ ਦੇ ਮਨ 'ਚ ਸੀ, ਇਹ ਫਿਰ ਸੁਮੀਤ ਸਿੰਘ ਹੋਰਾਂ ਨੂੰ ਸੁਣਾਇਆ, ਅਤੇ ਪੰਜਾਬੀ ਸਿਨੇਮੇ ਨੂੰ ਜੇ ਸਹੀ ਮਾਣਿਆਂ ਦੇ ਵਿੱਚ ਜਿਹੜਾ ਮੈਂ ਮਹਿਸੂਸ ਕਰਦਾ ਜੀ, 12-14 ਸਾਲ ਹੁਣ ਬਹੁਤ ਵਕਤ ਇਹਦੇ ਲਾਇਆ ਮੈਂ ਦਿੱਤਾ, ਕਿ ਸਾਨੂੰ ਅਜੇ ਵੀ ਪੂਰੀ ਕੋਈ ਕੰਪਲੀਟ ਟੀਮ ਜਿਹੜੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਫਿਲਮ ਦੇ ਮਾਰਕੀਟਿੰਗ ਤੱਕ, ਡਿਸਟ੍ਰੀਬਿਊਸ਼ਨ ਤੱਕ, ਉਹਦੀ ਜਿਹੜੀ ਤਹਿ ਤੱਕ ਜਾਵੇ ਜੀ, ਉਹ ਅਜੇ ਕੋਈ ਪ੍ਰੋਡਕਸ਼ਨ ਹਾਊਸ ਸਾਡੇ, ਮੈਂ ਖੁਦ ਫਿਲਮਾਂ ਬਣਾਈਆਂ ਟੀ ਸੀਰੀਜ਼ ਟਿਪਸ ਵਗੈਰਾ ਰਿਲਾਇੰਸ ਨਾਲ, ਲੇਕਿਨ ਉਹਨਾਂ ਦਾ ਵੀ ਕਿਤੇ ਨਾ ਕਿਤੇ ਮੇਨ ਜਿਹੜਾ ਹੈ ਉਹ ਹਿੰਦੀ ਸਿਨੇਮਾ ਗਾ, ਵਿੱਚ ਦੀ ਉਹ ਕੋਈ ਪੰਜਾਬੀ ਫਿਲਮ ਕਰ ਲੈਂਦੇ। ਤੋ ਸੁਮੀਤ ਸਿੰਘ ਸਾਗਾ ਯੂਨੀਸੈਸ, ਉਹ ਆਈ ਇਸ ਨੀਤ ਨਾਲ ਕਿ ਅਸੀਂ ਪੰਜਾਬੀ ਫਿਲਮਾਂ ਬਣਾਉਣੀਆਂ ਅਤੇ ਪੰਜਾਬੀ ਫਿਲਮ ਨੂੰ ਅਸੀਂ ਉਸ ਪੱਧਰ 'ਤੇ ਇਹਦੀ ਮਾਰਕੀਟਿੰਗ ਕਰਨੀ ਆ। ਤੋ ਇਸੇ ਕਰਕੇ ਸ਼ਾਇਦ ਗਦਾਰ ਦੀ ਅੱਜ ਸ਼ੁਰੂ ਤੋਂ ਹੀ ਚਰਚਾ, ਕਿਉਂਕਿ ਇਹਦੇ ਜਿਸ ਤਰ੍ਹਾਂ ਡਿਜੀਟਲ ਪੋਸਟਰਸ ਬਣੇ ਜੀ, ਜਿਵੇਂ ਇਹਦੀ ਪ੍ਰਮੋਸ਼ਨ ਹੋਈ, ਜਿਸ ਤਰ੍ਹਾਂ ਦੀ ਇਹਦੀ ਡਿਜ਼ਾਇਨਿੰਗ ਹੋਈ, ਉਹ ਅਜੇ ਤੱਕ ਮੇਰਾ ਖਿਆਲ ਪੰਜਾਬੀ 'ਚ ਅਜੇ ਹੋਈ ਨਹੀਂ ਗਈ ਸੀ। ਤੋ ਅੱਜ 7-8 ਮਹੀਨਿਆਂ ਤੋਂ ਇਹਦੀ ਪ੍ਰਮੋਸ਼ਨ ਚੱਲ ਰਹੀ ਹੈ ਜੀ, ਅਲੱਗ ਅਲੱਗ ਹੋਰ ਟੈਰਾਟੋਰੀ ਜਿੱਥੇ ਪੰਜਾਬੀ ਫਿਲਮਾਂ ਕਦੇ ਗਈਆਂ ਨਹੀਂ ਹੁਣ ਤੱਕ। ਤੋ ਇਹ ਪੱਖ ਤੋਂ ਸੁਮੀਤ ਜੀ ਹੋਰਾਂ ਦਾ ਸਾਨੂੰ ਬੜਾ ਫਾਇਦਾ ਹੋਇਆ, ਲੇਕਿਨ ਜਿਹੜਾ ਕਿਰਦਾਰ, ਜੋ ਕਹਾਣੀ, ਉਹ ਸਾਰਾ ਕੌਨਸੈਪਟ ਅਮਤੋਜ ਹੋਰਾਂ ਦਾ। ਇਹਦੇ 'ਚ ਇੱਕ ਬੜਾ ਪਾਵਰਫੁਲ ਡਾਇਲੋਗ ਹੈ, ਮੈਂ ਟ੍ਰੇਲਰ ਵੇਖ ਰਿਹਾ ਸੀ, ਵੀ ਜੋ ਬੀਜਿਆ ਉਹ ਵੱਢਣਾ ਪਊ, ਇੱਕ ਬੜੀ ਪੁਰਾਣੀ ਕਹਾਵਤ ਹੈ ਐਕਚੁਲੀ ਇਹ ਜੀ। ਸਾਰੀ ਫਿਲਮ ਇਸ ਗੱਲ ਦੇ ਦੁਆਲੇ ਘੁੰਮਦੀ ਹੈ ਜੀ ਕਿ ਅਸੀਂ ਜੋ ਕਰਮ, ਜੋ ਸਾਡੇ ਕੰਮ ਕੀਤੇ ਵੇ ਹੈਗੇ, ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਖਮਿਆਜ਼ਾ, ਉਹ ਸਾਡੇ ਸਾਹਮਣੇ ਆਉਂਦਾ ਹੈਗਾ ਜੀ। ਸੋ ਟੋਟਲ ਕਿੰਨੇ ਗਾਣੇ ਇਹਦੇ ਵਿੱਚ, ਔਰ ਤੁਸੀਂ ਉਹਨੇ 'ਚੋਂ ਕਿੰਨੇ ਗਾਣੇ ਗਾਏ? ਗਾਣੇ ਜ਼ਿਆਦਾ ਨਹੀਂ ਗਾਣੇ, ਕਿਉਂਕਿ ਬਹੁਤ ਇੱਕ ਇੰਟੈਂਸ ਕੈਰੇਕਟਰ ਦੀ ਫਿਲਮ ਆ, ਅਤੇ ਉਹ ਗਾਣੇ ਗਾਉਂਦਾ ਚੰਗਾ ਵੀ ਨਹੀਂ ਲੱਗੇਗਾ ਜੀ ਜੀ। ਤੋ ਅਸੀਂ ਜ਼ਬਰਦਸਤੀ ਇਹਦੇ ਵਿੱਚ ਕੋਈ ਗਾਣੇ ਨਹੀਂ ਪਾਏ, ਸਿਰਫ ਜੋ ਜਿਵੇਂ ਸ਼ੁਰੂ ਦਾ ਇੱਕ ਟਾਈਟਲ ਟਰੈਕ ਹੈ ਜਿੱਥੇ ਤੁਸੀਂ ਕਿਹਾ ਹਰਭਜਨ ਮਾਨ ਦਾਰੂ ਪੀਂਦਾ, ਲੜਕੀਆਂ ਡਾਂਸ ਕਰਦੀਆਂ, ਉਹਨੂੰ ਇੱਕ ਐਸਟੈਬਲਿਸ਼ ਕਰਨ ਲਈ ਕੈਰੇਕਟਰ ਨੂੰ ਇੱਕ ਪਹਿਲਾ ਗਾਣਾ, ਦੋ ਬਾਕੀ ਦੇ ਗਾਣੇ ਨੇ ਜਿਹੜੇ ਉਹ ਟੋਟਲੀ ਸੀਨ ਦੇ ਵਿੱਚ ਵੜ ਕੇ, ਜਿਸ ਤਰ੍ਹਾਂ ਸੀਨ ਦਾ ਹਿੱਸਾ, ਉਹ ਗਾਣੇ ਨਹੀਂ ਸੀਨ ਦਾ ਹਿੱਸਾ ਲੱਗਣਗੇ ਜੀ। ਗਾਣੇ ਤਿੰਨੋਂ ਹੀ ਮਾਨ ਸਾਹਿਬ ਨੇ ਲਿਖੇ ਆ,
ਔਰ ਡਾਕਟਰ ਜ਼ੂਸ ਨੇ ਇੱਕ ਗਾਣੇ ਦਾ ਟਰੈਕ ਤਿਆਰ ਕੀਤਾ ਜੀ, ਦੋ ਗਾਣੇ ਜੈਦੇਵ ਕੁਮਾਰ ਹੋਰਾਂ ਨੇ ਤਿਆਰ ਕੀਤੇ ਜੀ। ਜੀ, ਅਤੇ ਹੋਰ ਵੀ ਕੋਈ ਸਿੰਗਰ ਹੈ ਕਿ ਸਿੰਗਰ ਨਾਲ? ਹਨ ਜੀ, ਹੋਰ ਕਾਫੀ ਡਾਕਟਰ ਜ਼ੂਸ ਹੋਰਾਂ ਦੇ ਵਿੱਚ ਉਹਨਾਂ ਦੇ ਰੈਪ ਵਗੈਰਾ ਜੋ ਕਰਦੇ ਨੇ ਉਹ ਹਨ। ਮੇਰੇ ਨਾਲ ਗੁਰਸੇਵਕ ਨੇ ਵੀ ਗਾਇਆ ਔਰ ਬਾਕੀ ਕੁਛ ਹੋਰ ਕਲਾਕਾਰ ਨੇ ਜਿਨ੍ਹਾਂ ਨੇ ਗਾਇਆ। ਇਹਦਾ ਜਿਹੜਾ ਟਾਈਟਲ ਸੌਂਗ ਹੈ ਬੜਾ ਪਾਵਰਫੁਲ ਸੌਂਗ ਹੈ, ਉਹਦੀਆਂ ਦੋ ਲਾਈਨਾਂ ਸਾਡੇ ਦਰਸ਼ਕਾਂ ਲਈ ਪੇਸ਼ ਕਰੋਗੇ? ਉਹ ਗਾਣਾ ਹੈ ਜੀ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਉਹ ਇਸਟੈਬਲਿਸ਼ ਕਰਨ ਲਈ ਆਰਟਿਸਟ ਨੂੰ ਕਿ ਉਹਦੇ 'ਤੇ ਇੱਕ ਬਹੁਤ ਵੱਡਾ ਇੱਕ ਟੈਗ ਲੱਗਿਆ ਕਿ ਗਦਾਰ ਹੈ ਜੀ, ਅਤੇ ਉਹ ਹੈ ਕਿ ਜੀ ਗਦਾਰ ਹੈ, ਗਦਾਰ ਹੈ, ਇਹ ਨਾ ਕਿਸੇ ਦਾ ਯਾਰ ਹੈ। ਲੇਕਿਨ ਉਹ ਕਹਿੰਦਾ ਕਿ ਨਹੀਂ, ਦੁਨੀਆ ਕੀ ਜਾਣੇ ਮੈਂ ਕੌਣ। ਉਹ ਕੌਣ ਕਿਵੇਂ ਕਿਵੇਂ ਹੌਲੀ ਹੌਲੀ ਕਹਾਣੀ ਦੇ ਵਿੱਚ ਖੁੱਲਦਾ ਜਾਏਗਾ ਕਿ ਦੁਨੀਆ ਨੂੰ ਜਦ ਅਸਲੀਅਤ ਸਾਹਮਣੇ ਆਏਗੀ ਜੀ। ਇਹਦੇ 'ਚ ਇੱਕ ਬਾਲੀਵੁੱਡ ਐਕਟਰ ਐਵਲਿਨ ਸ਼ਰਮਾ ਨੇ ਵੀ ਤੁਹਾਡੇ ਨਾਲ ਕੰਮ ਕੀਤਾ, ਉਹਨਾਂ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਾ? ਬਹੁਤ ਅੱਛਾ ਲੱਗਿਆ ਜੀ, ਕਿਉਂਕਿ ਦੇਖੋ ਇੱਕ ਇੰਡਸਟਰੀ ਜਿਹੜੀ ਨਵੀਂ ਸ਼ੁਰੂ ਆਤ ਉਹਦੀ ਹੁੰਦੀ ਹੈ, ਮੈਂ ਅਜੇ ਵੀ ਪੰਜਾਬੀ ਇੰਡਸਟਰੀ ਨੂੰ ਸ਼ੁਰੂ ਦੇ ਦਿਨਾਂ 'ਚ ਗਿਣਦਾ, ਅਤੇ ਬਾਲੀਵੁੱਡ ਦੇ ਵਿੱਚ ਜਿਹੜਾ ਕੰਮ ਪ੍ਰਤੀ ਕਮਿਟਮੈਂਟ ਆ, ਜਿਹੜੀ ਸੀਰੀਅਸਨੈਸ ਬਹੁਤ ਹੈ ਜੀ ਉਹਨਾਂ ਵਿੱਚ। ਅਸੀਂ ਚਾਹੇ ਮੈਨੂੰ ਖੁਸ਼ਕਿਸਮਤੀ ਹੈ ਕਿ ਮੈਂ ਮਨਮੋਹਨ ਜੀ ਹੋਰਾਂ ਨਾਲ ਬਹੁਤ ਸਾਲ ਕੰਮ ਕੀਤਾ, ਫਿਰ ਚੋਟੀ ਦੇ ਕੋਰੀਓਗ੍ਰਾਫਰ, ਵੈਭਵੀ ਮਰਚੈਂਟ, ਇਹੋ ਜਿਹੇ ਲੋਕਾਂ ਨਾਲ ਕੰਮ ਕਰਨਾ ਮੈਨੂੰ ਮੌਕਾ ਮਿਲਿਆ। ਸੋ ਇੱਕ ਜਿਹੜੀ ਉਹ ਕੰਮ ਕਰਨ ਦੀ, ਚਾਹੇ ਉਹ ਹੋਰ ਜ਼ਬਾਨ ਵਿੱਚ ਹੈ, ਕਈ ਵਾਰੀ ਉਹ ਜ਼ਬਾਨ ਵੀ ਨਹੀਂ ਸਮਝਦੇ। ਮੈਂ ਜੱਗ ਜਿਉਂਦੇ ਨੇ ਮੇਲੇ ਵਿੱਚ ਟਿਊਲਿਪ ਜੋਸ਼ੀ ਨਾਲ ਕੰਮ ਕੀਤਾ, ਉਹਨੂੰ ਪੰਜਾਬੀ ਵੀ ਨਹੀਂ ਆਉਂਦੀ ਸੀ, ਕਿਸ ਤਰ੍ਹਾਂ ਉਹ ਡਾਇਲੋਗ, ਕਿਸ ਤਰ੍ਹਾਂ ਉਹ ਕੈਰੈਕਟਰ 'ਤੇ ਕੰਮ ਕਰਦੇ ਸੀ, ਉਹ ਲਗਨ ਕਮਾਲ ਦੀ ਸੀ ਜੀ। ਐਵਲਿਨ ਦੀ ਮੇਰੇ ਖਿਆਲ ਪਹਿਲੀ ਪੰਜਾਬੀ ਫਿਲਮ, ਨੋਰਮਲੀ ਤਾਂ ਇੰਗਲਿਸ਼ ਔਰ ਹਿੰਦੀ ਫਿਲਮਾਂ ਦੀ ਪਹਿਲੀ ਪੰਜਾਬੀ ਫਿਲਮ ਵਿੱਚ ਹੈ ਜੀ। ਇਹਦੇ 'ਚ ਇੱਕ NRI ਲੜਕੀ ਵੀ ਆ ਆਸਟ੍ਰੇਲੀਆ ਤੋਂ, ਮਨਪ੍ਰੀਤ ਕੌਰ, ਮਨਪ੍ਰੀਤ ਗਰੇਵਾਲ ਜੀ, ਮਨਪ੍ਰੀਤ ਗਰੇਵਾਲ, ਉਹਦੀ ਸ਼ਾਇਦ ਪਹਿਲੀ ਫਿਲਮ ਹੈ? ਪਹਿਲੀ ਫਿਲਮ ਜੀ। ਔਰ ਉਹਦੀ ਐਕਟਿੰਗ ਜਿਹੜੀ ਆ ਉਹ ਕੀ, ਉਹ ਬਹੁਤ ਕਮਾਲ ਦੀ ਉਹਦੀ ਐਕਟਿੰਗ ਹੈ ਜੀ, ਪੂਰਾ ਜੀ ਪੂਰਾ ਅਮਤੋਜ ਹੋ ਰਹੀ ਇਸ ਗੱਲੋਂ ਬਹੁਤ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਜੀ ਕਿ ਮੈਂ ਇੰਨੀਆਂ ਫਿਲਮਾਂ ਕਰਨ ਤੋਂ ਬਾਅਦ ਵੀ ਮੇਰਾ ਹਾਣੀ ਦੀਆਂ ਵੀ ਵਰਕਸ਼ਾਪਸ ਲੱਗੀਆਂ ਸੀ ਅਤੇ ਗਦਾਰ ਦੀਆਂ ਉਸ ਤੋਂ ਵੀ ਜ਼ਿਆਦਾ ਵਰਕਸ਼ਾਪ ਲੱਗੀਆਂ ਇਸ ਦੇ ਕੈਰੈਕਟਰ ਲਈ, ਤਾਂ ਅਮਤੋਜ ਹੋ ਰਹੀ ਇਸ ਗੱਲੋਂ ਕਿਉਂਕਿ ਜਿਹੜਾ ਆਦਮੀ ਦਲੀਪ ਕੁਮਾਰ ਜਿਹੇ ਲੈਜੈਂਡਰੀ ਐਕਟਰ, ਜਿਹੜਾ ਸਾਡਾ ਸਿਨੇਮਾ ਸਲਾਮ ਕਰਦਾ ਸਾਰਾ ਹਿੰਦੁਸਤਾਨ ਦਾ, ਜਿਹੜਾ ਉਹਨਾਂ ਦੀ ਸਕੂਲਿੰਗ 'ਚੋਂ ਨਿਕਲ ਕੇ ਆਇਆ ਹੋਵੇ, ਅਤੇ ਉਹ ਫਿਲਮ ਮੇਕਿੰਗ 'ਤੇ ਕਿਤੇ ਸਮਝੌਤਾ ਨਹੀਂ ਕਰੇਗਾ ਜੀ। ਬੇਸ਼ੱਕ ਸਾਡੀਆਂ ਪੰਜਾਬੀ ਦੀਆਂ ਬੜੇ ਬਹੁਤ ਸਾਰੀਆਂ ਸਾਡੇ 'ਤੇ ਰਿਸਟ੍ਰਿਕਸ਼ਨਸ ਨੇ ਬਜਟਸ ਦੀਆਂ ਜਾਂ ਹੋਰ, ਬਟ ਜਿੱਥੋਂ ਤੱਕ ਪਰਫੋਰਮੈਂਸ ਦਾ ਸਵਾਲ ਆ, ਉੱਥੇ ਅਮਤੋਜ ਹੋਰੀ ਕਦੇ ਸਮਝੌਤਾ ਨਹੀਂ ਕਰਦੇ। ਅਤੇ ਇਹਦੀ ਜਿਹੜੀ ਸ਼ੂਟਿੰਗ ਆ ਉਹ ਜ਼ਿਆਦਾ ਇੰਡੀਆ 'ਚ ਆ ਜਾਂ ਕੈਨੇਡਾ 'ਚ ਆ ਕਿਤੇ ਹੋਰ? ਜ਼ਿਆਦਾ ਸ਼ੂਟਿੰਗ ਸਾਰੀ ਮੋਹਾਲੀ, ਪੰਜਾਬ, ਚੰਡੀਗੜ੍ਹ ਦੇ ਆਸੇ ਪਾਸੇ ਦੀ ਹੈ ਜੀ। ਵਿੱਚ ਦੀ ਕੁਛ ਸ਼ੂਟ ਟੋਰਾਂਟੋ ਦੀ ਹੈ, ਗੋਆ ਦੀ ਹੈ, ਬੋਂਬੇ ਦੀ ਹੈ ਜੀ। ਜੀ ਜੀ, ਇਨਫੈਕਟ ਇਹ ਮੇਰੇ ਖਿਆਲ ਪਹਿਲਾ ਐਫਰਟ ਆ ਇੱਕ ਪੰਜਾਬੀ ਫਿਲਮ ਨੂੰ ਇਸ ਤਰ੍ਹਾਂ ਕਮਰਸ਼ਲਾਈਜ਼ ਕਰਨ ਦਾ ਜਿਹੜਾ। ਜੇ ਅਸੀਂ ਚੰਗੀਆਂ ਵੱਡੀਆਂ ਫਿਲਮਾਂ ਬਣਾਉਣੀਆਂ ਜੀ, ਜੇ ਅਸੀਂ ਇੱਕ ਨੈਕਸਟ ਲੈਵਲ ਤੱਕ ਪਹੁੰਚਣਾ ਗਾ, ਤਾਂ ਫਿਰ ਸਾਨੂੰ ਜਿਸ ਤਰ੍ਹਾਂ ਮੈਂ ਕਿਹਾ ਕਿ GI ਨੂੰ ਅਸੀਂ 5 ਮੁਲਕਾਂ ਵਿੱਚ ਰਿਲੀਜ਼ ਕੀਤੀ ਸੀ, ਕੈਨੇਡਾ, ਅਮੈਰੀਕਾ, ਇੰਗਲੈਂਡ ਵਗੈਰਾ, ਫਿਰ ਜੱਗ ਜਾਂਦੇ ਨੇ ਮੇਲੇ ਨਾਲ ਆਸਟ੍ਰੇਲੀਆ ਜੁੜ ਗਿਆ। ਲੇਕਿਨ 10-12 ਸਾਲਾਂ ਬਾਅਦ ਅਸੀਂ ਲੈ ਦੇ ਕੇ ਉਹੀ 5 ਮੁਲਕਾਂ 'ਤੇ ਖੜ੍ਹੇ ਹਾਂ, ਅਤੇ ਪੰਜਾਬੀ ਦਾ 150-200 ਮੁਲਕਾਂ ਵਿੱਚ ਬੈਠਾ ਜੀ। ਜੀ, ਅਮਰੀਕਾ 30 ਲੱਖ ਲੋਕ ਬਾਹਰ ਵਸੇ ਬੈਠੇ ਆ ਜੀ। ਸੋ ਉੱਥੇ ਅਸੀਂ ਅਜੇ ਫਿਲਮਾਂ ਲੈ ਕੇ ਨਹੀਂ ਜਾ ਸਕੇ, ਅਸੀਂ ਉੱਥੇ ਡਿਸਟ੍ਰੀਬਿਊਟ ਨਹੀਂ ਕਰ ਸਕੇ। ਅਜੇ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਫਿਲਮ ਮਾਰਕੀਟ ਹੋਣੀ ਚਾਹੀਦੀ ਹੈ ਪ੍ਰੋਪਰ, ਹਿੰਦੁਸਤਾਨ ਦੇ ਬਹੁਤ ਜ਼ਿਆਦਾ ਹਿੱਸੇ ਆ ਜਿੱਥੇ ਬਹੁਤ ਆਦ ਪੰਜਾਬੀਆਂ ਦੀ ਹੈਗੀ, ਉੱਥੇ ਫਿਲਮਾਂ ਨਹੀਂ ਜਾ ਸਕੀਆਂ। ਸੋ ਅਗਰ ਅਸੀਂ ਚਾਹਵਾਂਗੇ ਕਿ ਕੱਲ੍ਹ ਕੋਈ ਐਸਾ ਸਬਜੈਕਟ ਬਣਾਈਏ ਕਿ ਜਿਹਦਾ 25-30 ਕਰੋੜ ਬਜਟ ਆ, ਸਾਡਾ ਪ੍ਰੋਡਿਊਸਰ ਦਾ 2.5-3 ਕਰੋੜ 'ਤੇ ਹੱਥ ਖੜ੍ਹੇ ਕਰ ਜਾਂਦਾ ਹੈਗਾ ਜੀ। ਇਸ ਫਿਲਮ ਦਾ ਵੈਸੇ ਕਿੰਨਾ ਕੁ ਵੱਡਾ ਬਜਟ ਸੀ? ਮੇਰਾ ਖਿਆਲ ਹੈ ਜੀ ਲੈ ਦੇ ਕੇ ਐਂਡ ਤੱਕ ਅਸੀਂ 7-8 ਕਰੋੜ 'ਤੇ ਤੱਕ ਇਹ ਰਿਲੀਜ਼ ਤੱਕ ਜਾਊਗੀ ਜੀ ਫਿਲਮ, ਇਹਦੀ ਮਾਰਕੀਟਿੰਗ ਸਾਰਾ ਕੁਝ ਵਿੱਚ ਪਾ ਕੇ ਜੀ। ਬਟ ਇਸ ਗੱਲੋਂ ਸਾਨੂੰ ਖੁਸ਼ੀ ਹੈ ਕਿ ਸਾਡੇ ਪ੍ਰੋਡਿਊਸਰ ਨੇ ਕੋਈ ਹੱਥ ਨਹੀਂ ਘੁੱਟਿਆ ਜੀ। ਓਕੇ ਜੀ,
ਇੱਥੇ ਅਸੀਂ ਇੱਕ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਮਸ਼ਹੂਰ ਗਾਇਕ ਅਤੇ ਫਿਲਮੀ ਸਿਤਾਰੇ ਹਰਭਜਨ ਮਾਨ ਨਾਲ ਗੱਲਬਾਤ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਹਰਭਜਨ ਮਾਨ ਹੁਣਾਂ ਨਾਲ। ਹਰਭਜਨ, ਅਮਿਤੋਜ ਮਾਨ ਨਾਲ ਇਹ ਸ਼ਾਇਦ ਤੁਹਾਡੀ ਦੂਜੀ ਫਿਲਮ ਹੈ, ਤੁਸੀਂ ਜਿਵੇਂ ਆਪੇ ਦੱਸਿਆ ਪਹਿਲੀ ਹਾਣੀ ਫਿਲਮ ਸੀਗੀ, ਉਹਨਾਂ ਦਾ ਕੰਮ ਕਰਕੇ ਕਿਹੋ ਜਿਹਾ ਲੱਗਾ? ਬਹੁਤ ਅੱਛਾ ਜੀ। ਮੈਂ ਮਤਲਬ ਆਪਣੇ ਆਪ ਨੂੰ ਮੈਂ ਖੁਸ਼ ਕਿਸਮਤ ਸਮਝਦਾ ਜੀ ਕਿ ਮੈਂ ਅਮਿਤੋਜ ਹੁਣਾਂ ਨਾਲ ਕੰਮ ਕਰ ਰਿਹਾ, ਔਰ ਮੈਨੂੰ ਅੱਜ ਮਤਲਬ ਇੱਕ ਅਲੱਗ ਤਰ੍ਹਾਂ ਦਾ ਮੇਰੇ ਵਿੱਚ ਕਰੰਟ ਇੱਕ ਮੇਰੇ 'ਚ ਹੁਣ ਚਾਹ ਕਿ ਮੈਂ ਨੈਕਸਟ ਫਿਲਮ ਕਦੋਂ ਕਰਾਂ, ਮੈਂ ਉਹ ਕਿਰਦਾਰ ਕਿਸ ਤਰ੍ਹਾਂ ਦਾ ਹੋਏਗਾ, ਉਹਦੇ ਕਿਵੇਂ ਮੈਂ ਵਰਕ ਕਰਨਾ, ਕਿਵੇਂ ਉਹ ਸੀਨ ਕਰਨਾ ਮੈਂ। ਸੋ ਉਹ ਇੱਕ ਐਕਸਾਈਟਮੈਂਟ ਹੈ ਜਿਹੜੀ, ਉਹਦਾ ਕ੍ਰੈਡਿਟ ਮੈਂ ਅਮਿਤੋਜ ਹੋਰਾਂ ਨੂੰ ਦਿੰਦਾ ਜੀ। ਤੁਸੀਂ ਮੇਰੇ ਖਿਆਲ ਉਹਨਾਂ ਦੇ ਫਾਦਰ ਬਾਬੂ ਸਿੰਘ ਮਾਨ ਹੋਣਾ ਦਾ ਵੀ ਕੰਮ ਕੀਤਾ ਵਾ? ਬਹੁਤ ਸਾਲ ਜੀ, ਤਕਰੀਬਨ ਪਿਛਲੇ 15-16 ਸਾਲਾਂ ਤੋਂ ਲਗਾਤਾਰ ਮੈਂ ਮਾਨ ਸਾਹਿਬ ਨਾਲ ਹੀ ਕੰਮ ਕਰ ਰਿਹਾ ਜੀ। ਗੀਤ ਉਹਨਾਂ ਦੇ ਲਿਖੇ ਹੁੰਦੇ, ਆਵਾਜ਼ ਮੇਰੀ ਹੁੰਦੀ ਹੈ ਜੀ। ਜੀ, ਕਿਉਂਕਿ ਤੁਸੀਂ ਬਹੁਤੀ ਫਿਲਮ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ, ਪਰ ਫਿਲਮ ਸ਼ੂਟਿੰਗ ਦੌਰਾਨ ਕੋਈ ਇਹੋ ਜਿਹਾ ਵਾਕਿਆ ਹੋਵੇ ਜਿਹੜਾ ਤੁਸੀਂ ਤੁਹਾਨੂੰ ਹਮੇਸ਼ਾ ਯਾਦ ਰਹੂਗਾ ਔਰ ਤੁਹਾਡੇ ਮਨ ਦੇ ਜ਼ਹਿਨ ਦੇ ਵਿੱਚ ਹਾਲੀ ਵੀ ਜ਼ਿੰਦਾ ਵਾ? ਦੋ ਤਿੰਨ ਚੀਜ਼ਾਂ ਨੇ ਜੀ ਫਿਲਮ ਦੇ ਵਿੱਚ। ਇੱਕ ਪਹਿਲੀ ਵਾਰ ਹੈ ਕਿ ਫਿਲਮ 'ਚ ਇੱਕ ਐਸਾ ਸ਼ੋਟ ਹੈ ਜਦ ਉਹ ਇਸਟੈਬਲਿਸ਼ ਕਰਨ ਲਈ ਕੈਰੇਕਟਰ ਨੂੰ ਕਿ ਕਨਵਿੰਸਿੰਗ ਲੱਗੇ ਉਹ ਲੇਕ ਦੇ ਵਿੱਚ, ਲੇਕ ਇੰਟੇਰੀਓ ਹੈ ਟੋਰਾਂਟੋ 'ਚ, ਉਹਦੇ ਵਿੱਚੋਂ ਸਵਿਮਿੰਗ ਦਾ ਸੀਨ ਹੈ। ਓਕੇ, ਅਤੇ ਉਸ ਦਿਨ -15 ਟੈਂਪਰੇਚਰ ਸੀ ਜਿਸ ਦਿਨ ਉਸ ਦੀ ਸ਼ੂਟ। ਇੱਥੇ ਤਾਂ ਇਹ ਅੰਦਾਜ਼ਾ ਵੀ ਨਹੀਂ ਲਾ ਸਕਦੇ -15 ਕਿੰਨੀ ਠੰਡ ਹੋ ਸਕਦੀ ਹੈ ਜੀ। ਅਤੇ ਲੇਕ ਐਮ ਫਰੋਜ਼ਨ ਸੀ, ਪਰ ਮੈਨੂੰ ਪਤਾ ਸੀ ਕਿ ਅਮਿਤੋਜ ਹੋਰਾਂ ਦਾ ਬਹੁਤ ਮਨ ਹੈਗਾ ਕਿ ਯਾਰ ਇੱਕ ਹੀ ਸ਼ਾਟ ਹੋ ਜਾਵੇ ਤਾਂ ਜੋ ਮੈਂ ਮਨ 'ਚ ਸੋਚਿਆ ਇੱਕ ਸੈਕਿੰਡ ਦੇ ਵਿੱਚ ਆਡੀਅੰਸ ਕਨਵਿੰਸ ਹੋ ਜਾਏਗੀ ਕਿ ਵਾਕਈ ਜਿਹੜਾ ਇਹ ਕਿਰਦਾਰ ਹੈ ਜ਼ਿੰਦਗੀ ਮੌਤ ਨੂੰ ਕੁਛ ਸਮਝਦਾ ਨਹੀਂ ਗਾ। ਅਤੇ ਮੈਨੂੰ ਡਰ ਵੀ ਬਹੁਤ ਸੀਗਾ ਜੀ, ਮੈਂ ਕਿਹਾ ਕੱਲ੍ਹ ਨੂੰ ਮੂੰਹ ਟੱਡ ਕੇ ਪੈ ਗਿਆ ਤਾਂ ਸ਼ੋਅ ਕਿਵੇਂ ਕਰਨੇ, ਰੋਟੀ ਤਾਂ ਅੱਜ ਵੀ ਸ਼ੋਆਂ 'ਤੇ ਚੱਲਦੀ ਹੈ ਜੀ। ਪਰ ਫਿਰ ਵੀ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਅਤੇ ਮੈਨੂੰ ਇੰਨੀ ਖੁਸ਼ੀ ਹੈ ਕਿ ਉਹ ਮੈਂ ਸ਼ਾਟ ਦਿੱਤਾ ਜੀ। ਉਦੋਂ ਬਾਅਦ ਕਿਵੇਂ ਆਲੇ ਦੁਆਲੇ ਅੱਗ ਬਾਲੀ ਹੋਈ ਸੀ, ਕਿਵੇਂ ਸੰਭਾਲਿਆ ਆਪਣੇ ਆਪ ਨੂੰ, ਬਟ ਉਹ ਇੱਕ ਯਾਦਗਾਰੀ ਪਾ ਲਾ। ਹੁਣ ਜਦ ਸਕਰੀਨ 'ਤੇ ਦੇਖਦੇ ਹਾਂ ਅਤੇ ਅਮਿਤੋਜ ਹੋ ਰਹੀ ਅਤੇ ਮੈਂ ਇੱਕ ਦੂਜੇ ਨਾਲ ਉਹਦੀ ਅੱਖ ਮਿਲਦੀ ਹੈ, ਇਹ ਗੱਲ ਬਣ ਗਈ ਜੀ। ਅਤੇ ਇੱਕ ਸੀਨ ਹੈ ਜਿਹੜਾ ਟੋਰਚਰ ਦਾ ਹੈਗਾ ਜੀ, ਉਹ ਅਸੀਂ ਇੱਥੇ ਆਪਣੇ ਫਤਿਹਗੜ੍ਹ ਸਾਹਿਬ ਇੱਕ ਪੁਰਾਣਾ ਜਿਹੜਾ ਹੈ ਪੁਲਿਸ ਸਟੇਸ਼ਨ ਸੀ ਉਸ ਵਿੱਚ ਸੀ ਜੀ। ਅਤੇ ਉਸ ਦਿਨ ਕਮ ਸੇ ਕਮ 48 ਡਿਗਰੀ ਗਰਮੀ ਸੀ ਜੀ, ਅਤੇ ਅਸੀਂ ਬੰਦ ਕਮਰੇ ਵਿੱਚ ਹਾਂ, ਉੱਥੇ ਇੰਨੀ ਡਸਟ, ਉੱਥੇ ਗਰਦ ਜਿਹੜੀ, ਅਤੇ ਸਾਰੀ ਰਾਤ ਅਸੀਂ ਉਹ ਸ਼ੂਟ ਕਰਨਾ ਸੀਗਾ ਜੀ। ਅਤੇ ਉਹ ਵਾਰੀ ਵਾਰੀ ਅਲੱਗ ਅਲੱਗ ਐਂਗਲਾਂ ਤੋਂ ਜਿਹੜੇ ਉਹ ਚੀਖਣ ਦੇ ਜਦ ਉਹਦੇ ਨਹੁੰ ਕੱਢੇ ਜਾਂਦੇ ਹੈਗੇ ਜੀ, ਅਤੇ ਉਹ ਪਰਫੋਰਮੈਂਸ ਸੀ। ਅਤੇ ਉਹਦੀ ਮੈਨੂੰ ਚੰਗਾ ਲੱਗਦਾ ਕਿ ਅਮਿਤੋਜ ਹੋਰੀ ਹਮੇਸ਼ਾ ਕਹਿੰਦੇ ਉਹ ਦੇਖ ਕੇ ਕਿ ਆਹ ਗਾਣੇ ਆਹ ਜਦੋਂ ਮੈਂ ਸੀਨ ਦੇਖਦਾ ਤਾਂ ਮੈਨੂੰ ਹਰਭਜਨ ਤੇਰੇ 'ਤੇ ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਮੈਨੂੰ ਚੰਗਾ ਲੱਗਦਾ ਕਿ ਕਿਸ ਡੈਡੀਕੇਸ਼ਨ ਨਾਲ ਤੂੰ ਇਹ ਸੀਨ ਦਿੱਤਾ ਸੀ। ਅਤੇ ਜਦੋਂ ਤੁਹਾਡਾ ਡਾਇਰੈਕਟਰ ਤੁਹਾਨੂੰ ਕਹੇ ਕਿ ਜੀ ਤਾਂ ਫਿਰ ਉਹਦਾ ਇਹ ਦੋ ਸੀਨ ਨੇ ਜਿਹੜੇ ਹਮੇਸ਼ਾ ਉਹਦੇ 'ਚ। ਕੋਈ ਉੱਥੋਂ ਦੇ ਪੁਲਿਸ ਵਾਲਿਆਂ ਨੇ ਵੀ ਕੋਪਰੇਟ ਕੀਤਾ? ਨਹੀਂ, ਹਾਂ ਉਹ ਨੈਚੁਰਲੀ ਤੌਰ 'ਤੇ ਸਾਰਾ ਉੱਥੋਂ ਦੀ ਪਰਮਿਸ਼ਨਸ ਲੈ ਕੇ ਜੀ ਅਸੀਂ, ਬਾਕੀ ਤਾਂ ਸਾਰੇ ਸਾਡੇ ਐਕਟਰੀ ਸੀ, ਪਰ ਉਸ ਜਗ੍ਹਾ ਦੀ ਸਾਰੀ ਓਬਵੀਅਸਲੀ ਤੁਹਾਨੂੰ ਨਹੀਂ, ਪਰ ਟੋਰਚਰ ਦੀ ਟੈਕਨੀਕਸ ਸਾਨੂੰ ਕਈਆਂ ਨੇ ਸ਼ਿਕਾਇਤ ਇੱਕ ਦੋ ਜਗ੍ਹਾ ਆਈ, ਜ਼ਿਆਦਾ ਨਹੀਂ, ਕਿ ਜੀ ਫਿਲਮ ਦੇ ਵਿੱਚ ਗਾਲ ਕੱਢਦੇ ਹੈਗੇ ਜੀ। ਹਾਂਜੀ, ਇੱਕ ਦੋ ਟ੍ਰੇਲਰ 'ਚ ਵੀ ਹੈਗੀਆਂ। ਅਤੇ ਅਮਿਤੋਜ ਹੋਰਾਂ ਦਾ ਜਵਾਬ ਸੀ ਜੀ ਕਿ ਪੁਲਿਸ ਵਾਲੇ ਦੇ ਹਿਸਾਬ ਨਾਲ ਤਾਂ ਇਹ ਬਹੁਤ ਥੋੜ੍ਹੇ ਜਿੰਨੀ ਗਾਲ ਕੱਢੀ ਹੈ ਜੀ। ਸੋ ਕਈ ਵਾਰੀ ਉਹ ਕੈਰੇਕਟਰ ਨੂੰ ਡਿਫਾਈਨ ਕਰਨ ਲਈ, ਉਹਨੂੰ ਸੱਚ ਦੇ ਉਸੇ ਤਰ੍ਹਾਂ ਪੇਸ਼ ਕਰਨ ਲਈ ਸਕਰੀਨ 'ਤੇ
ਤੇ ਤੁਹਾਨੂੰ ਉਹਨਾਂ ਦੀ ਲੈਂਗੁਏਜ ਦੇ ਉਹਨਾਂ ਦੇ ਬਿਹੇਵੀਅਰ ਦੇ ਥੋੜ੍ਹਾ ਬਹੁਤਾ ਨੇੜੇ ਜਾਣਾ ਪੈਂਦਾ ਕਰ ਜੀ। ਹਰਭਜਨ, ਤੁਹਾਡੀ ਪਹਿਲੀ ਫਿਲਮ ਸੀ ਜੀ ਆਇਆਂ ਨੂੰ, ਔਰ ਹੁਣ ਤੁਸੀਂ ਇਹ ਸਸਪੈਂਸ ਥ੍ਰਿਲਰ ਦੇ ਵਿੱਚ ਆਪਣਾ ਇਹ ਰੋਲ ਨਿਭਾਇਆ ਵਾ, ਇਹ ਜਿਹੜਾ ਹੁਣ ਤੱਕ ਫਿਲਮਾਂ ਦਾ ਸਫ਼ਰ ਜਿਹੜਾ ਵਾ ਉਹਦੇ ਬਾਰੇ ਕੀ ਕਹੋਗੇ? ਮੈਨੂੰ ਜਦ ਜੀ ਆਇਆਂ ਨੂੰ ਬਣਾਈ ਹੈ ਜੀ, ਉਦੋਂ ਆਨੈਸਟਲੀ ਮੈਨੂੰ ਕੋਈ ਐਕਟਿੰਗ ਦੀ ਕੋਈ ਸਿਨੇਮੇ ਦੀ ਕੋਈ ਸਮਝ ਨਹੀਂ ਸੀ। ਮੇਰਾ ਉਦੋਂ ਇਹ ਮੰਨਣਾ ਸੀ ਜੀ, ਉਹਦੀ ਕਾਫੀ ਤਾਰੀਫ ਹੋਈ ਸੀ, ਉਹਨੇ ਬਹੁਤ ਤਾਰੀਫ, ਕਾਮਯਾਬ ਹੋਣੇ ਫਿਲਮ ਦੁਬਾਰ ਤੋਂ ਪੰਜਾਬੀ ਇੰਡਸਟਰੀ। ਮੈਂ ਸਿਰਫ ਇਹ ਦੱਸਦਾ ਕਿ ਉਹ ਫਿਲਮ ਬਣਾਉਣ ਪਿੱਛੇ ਮੇਰਾ ਮਕਸਦ ਸਿਰਫ ਇੰਨਾ ਸੀ ਜੀ ਕਿ ਸਿਨੇਮਾ ਬਹੁਤ ਪਾਵਰਫੁਲ ਮੀਡੀਅਮ ਆ, ਅਸੀਂ ਅੱਜ ਪੰਜਾਬੀ ਦੁਨੀਆ ਦੀਆਂ ਹੋਰ ਜ਼ਬਾਨਾਂ ਵਾਲੇ, ਮੇਰਾ ਖਿਆਲ ਨਹੀਂ ਕਿ ਅੱਜ ਫਰੈਂਚ, ਡੱਚ ਜਾਂ ਹੋਰ ਕਿਸੇ ਜਿੰਨੀਆਂ ਵੀ ਜ਼ਬਾਨਾਂ ਨੇ, ਉਹਨਾਂ ਵਿੱਚ ਇਹ ਇਸ਼ੂ, ਉਹਨਾਂ ਵਿੱਚ ਇਹ ਮੁੱਦਾ ਕਿ ਉਹਨਾਂ ਦੀ ਜ਼ਬਾਨ ਨੂੰ ਖਤਰਾ ਜੀ, ਜੀ ਸਾਡੇ ਪੰਜਾਬੀਆਂ ਵਿੱਚ ਹੀ ਹੈ ਜੀ ਕਿ ਪੰਜਾਬੀ ਜ਼ਬਾਨ ਨੂੰ ਖਤਰਾ ਜੀ। ਸੇ ਜੇ ਅਸੀਂ ਆਪਣਾ ਸਿਨੇਮਾ, ਅਸੀਂ ਆਪਣਾ ਸੰਗੀਤ, ਟੈਲੀਵਿਜ਼ਨ, ਮੀਡੀਆ, ਅਸੀਂ ਸਿਨੇਮਾ, ਇਹਨਾਂ ਚੀਜ਼ਾਂ ਨੂੰ ਸਟਰੋਂਗ ਕਰ ਲੈਂਦੇ ਹਾਂ, ਪਾਵਰਫੁਲ ਕਰ ਲੈਂਦੇ ਹਾਂ, ਤਾਂ ਫਿਰ ਮੇਰਾ ਖਿਆਲ ਨਹੀਂ ਕਿ ਇੱਦੋਂ ਹੋਰ ਖੂਬਸੂਰਤ, ਗੋਰਿਆਂ ਨੇ ਕਿੱਡਾ ਕਮਾਲ ਦੀ ਉਹਨਾਂ ਦੀ ਸੋਚ ਕੇ ਕਿੰਨੇ ਵਾਰੀ ਪਹਿਲਾਂ ਹੀ ਉਹ ਕਾਰਟੂਨ ਬਣਾ ਕੇ ਨਿੱਕੇ ਨਿੱਕੇ ਜਵਾਕਾਂ ਮੂਹਰੇ ਪਰੋਸਣ ਲੱਗ ਗਏ ਜੀ, ਅਤੇ ਬੱਚੇ ਅੰਗਰੇਜ਼ੀ ਕਿਵੇਂ ਨਹੀਂ ਬੋਲਣਗੇ? ਬਿਲਕੁਲ ਠੀਕ। ਸੋ ਸਿਨੇਮਾ ਇੱਕ ਆਪਣੇ ਤੁਹਾਡੇ ਇਸ਼ੂਜ਼ ਲਈ, ਤੁਹਾਡੀ ਆਪਣੇ ਸੱਭਿਆਚਾਰ ਦੇ ਪਸਾਰ ਲਈ ਇੱਕ ਸਿਨੇਮਾ ਬਹੁਤ ਵੱਡੀ ਅਹਿਮੀਅਤ ਰੱਖਦਾ। ਤੂੰ ਮਨ ਜੀ, ਔਰ ਉਦੋਂ ਮਨ 'ਚ ਇਹ ਸਾਡੇ ਸੀ ਕਿ ਫਿਲਮਾਂ ਵੱਲ ਕੋਈ ਇੱਧਰ ਐਫਰਟ ਨਹੀਂ ਕੀਤੀ ਉਦੋਂ ਮਨ ਜੀ, ਹਾਲਾਂਕਿ ਬਾਲੀਵੁੱਡ ਦਾ ਸਭ ਤੋਂ ਵੱਡਾ ਵਨ ਆਫ ਦਾ ਮੇਨ ਸਿਨੇਮਾਟੋਗ੍ਰਾਫਰ ਸੀ, ਮੇਰਾ ਵੀ ਗਾਉਣ ਵਜਾਉਣ ਬਹੁਤ ਵਧੀਆ ਚੱਲਦਾ ਸੀ, ਬਲਦੇਵ ਗਿੱਲ ਸਾਹਿਬ, ਸਾਰੇ ਲੋਕ ਇੱਕ ਮਕਸਦ ਨਾਲ ਆਏ ਸੀਗੇ ਜੀ ਕਿ ਯਾਰ ਸਿਨੇਮੇ ਵੱਲ ਥੋੜ੍ਹੇ ਜਿਹੇ ਕੰਮ ਕਰੀਏ ਆਪਾਂ ਸਾਰੇ ਰਲ ਮਿਲ ਕੇ। ਅਤੇ ਅੱਜ ਉਹ ਫਿਲਮਾਂ, ਸਿਨੇਮਾ ਜੀ ਇੰਡਸਟਰੀ ਬਣ ਗਿਆ, ਕਿੰਨੇ ਲੋਕਾਂ ਨੂੰ ਨੌਕਰੀਆਂ ਮਿਲੀਆਂ ਹੈਗੀਆਂ, ਕਿੰਨੇ ਲੋਕ ਅੱਜ ਕੰਮ ਕਰ ਰਹੇ ਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਤਾਂ ਉਸ ਚੀਜ਼ ਦੀ ਖੁਸ਼ੀ ਤਾਂ ਹੁੰਦੀ ਹੈਗੀ ਕਿ ਇਹਦੀ ਇੱਕ ਅਸੀਂ ਸ਼ੁਰੂਆਤ ਕੀਤੀ ਸੀਗੀ। ਡੈਫੀਨੇਟਲੀ। ਹਰਭਜਨ, ਫਿਲਮਾਂ ਤੋਂ ਹਟ ਕੇ ਮੈਂ ਇੱਕ ਦੋ ਹੋਰ ਸਵਾਲ ਕਰਨਾ ਚਾਹੁੰਦਾ। ਜ਼ਰੂਰ। ਦੋ ਤਿੰਨ ਸਾਲ ਪਹਿਲਾਂ ਤੁਸੀਂ ਅਕਾਲੀ ਦਲ ਜੁਆਇਨ ਕੀਤਾ ਸੀ, ਉਹਨਾਂ ਦੀ ਜਿਹੜੀ ਕੈਂਪੇਨ ਸੀ, ਐਡਵਰਟਾਈਜ਼ਿੰਗ ਕੈਂਪੇਨ 'ਚ, ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਸੀ, ਕੀ ਉਹ ਆਊਟ ਆਫ ਕਨਵਿਕਸ਼ਨ ਸੀ ਜਾਂ ਤੁਸੀਂ ਇੱਕ ਰੋਲ ਹੀ ਨਿਭਾ ਰਹੇ ਸੀ? ਨਹੀਂ, ਮੈਂ ਪਹਿਲੀ ਗੱਲ ਤਾਂ ਇਹ ਜੀ ਕਿ ਮੈਂ ਕੋਈ ਇਹ ਪਰੂਫ ਹੋਵੇ ਕਿ ਮੈਂ ਅਕਾਲੀ ਦਲ ਨੂੰ ਐਜ਼ ਏ ਮੈਂਬਰ ਜੁਆਇਨ ਕੀਤਾ। ਓਕੇ। ਮੈਂ ਕਿਤੇ ਅਕਾਲੀ ਦਲ ਜਾਂ ਹੋਰ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕੀਤਾ। ਸੈਕਿੰਡਲੀ, ਜਿਹੜੀ ਉਹਨਾਂ ਦੀ ਕੰਪੇਨਿੰਗ ਸੀਗੀ, ਉਹ ਮੇਰੀ ਮਾੜੀ ਕਿਸਮਤ ਕਹਿ ਲਓ, ਮੇਰੀ ਚੰਗੀ ਕਿਸਮਤ ਕਹਿ ਲਓ, ਕਿ ਰਾਮੂ ਵਾਲੀਆ ਸਾਹਿਬ ਜਦੋਂ, ਉਹ ਮੇਰੇ ਵਾਈਫ ਦੇ ਚਾਚਾ ਜੀ, ਠੀਕ ਹੈ ਜੀ, ਉਹ ਉਹਨਾਂ ਨੂੰ ਟਿਕਟ ਮੋਹਾਲੀ ਤੋਂ ਮਿਲ ਗਈ। ਹੁਣ ਰਿਸ਼ਤੇਦਾਰ ਦੇ ਨਾਤੇ ਜਾਂ ਤਾਂ ਮੈਂ ਕਹਿੰਦਾ ਨਹੀਂ ਜੀ ਮੈਂ ਤਾਂ ਨਹੀਂ ਗਾ ਜੀ ਤੁਰਦਾ ਤੁਹਾਡੇ ਨਾਲ, ਜਾਂ ਇੱਕ ਰਿਸ਼ਤੇਦਾਰ ਦੇ ਤੌਰ 'ਤੇ ਜਦੋਂ ਪਤਾ ਨਹੀਂ ਮੇਰੇ ਜ਼ਿੰਦਗੀ ਦੇ ਕਿੰਨੇ ਕੰਮ ਅੱਧੀ ਰਾਤ ਕਿਤੇ ਉਹਨਾਂ ਨੇ ਸਵਾਰੇ ਹੋਣਗੇ, ਅਤੇ ਮੇਰਾ, ਮੈਂ ਸਮਝਿਆ ਕਿ ਜੇ ਉਹ ਕਿਤੋਂ ਹੋਰ ਚੋਣ ਲੜਦੇ ਤਾਂ ਸ਼ਾਇਦ ਮੈਂ ਨਾ ਨਿਕਲਦਾ। ਮੋਹਾਲੀ ਤੋਂ ਲੜੇ ਤਾਂ ਮੇਰਾ ਘਰ, ਮੈਂ ਮੋਹਾਲੀ ਰਹਿੰਦਾ, ਅਤੇ ਮੈਂ ਸੋਚਿਆ ਇਹਨਾਂ ਲਈ ਕੰਪੇਨਿੰਗ ਕਰਨੀ ਚਾਹੀਦੀ ਹੈ ਜੀ। ਐਡਾਂ ਵੀ ਇੱਦਾਂ ਹੀ ਹੈਗਾ ਕਿ 20-12 ਦੇ ਵਿੱਚ ਕੁਛ ਐਡਾਂ ਮੈਂ ਕੀਤੀਆਂ, ਯਾਰਾਂ ਦੋਸਤਾਂ ਨੇ ਮੈਨੂੰ ਕਿਹਾ ਕਿ ਐਡ ਕਰ ਦਿਓ ਜੀ, ਨਾ ਹੀ ਕੋਈ ਉਦੋਂ ਇਹ ਐਡਾ ਵੱਡਾ ਇਸ਼ੂ ਸੀਗਾ। ਦੂਸਰਾ ਇਹ ਹੁੰਦਾ ਗਾ, ਕਈ ਵਾਰੀ ਅਸੀਂ ਸੰਧੂ ਸਾਹਿਬ ਬਹੁਤ ਡੰਘਾਈ ਵਿੱਚ ਨਹੀਂ ਜਾਂਦੇ। ਮੈਂ ਬਹੁਤ ਸਾਰੇ ਹੁਣ ਦੋਸਤਾਂ ਮਿੱਤਰਾਂ ਨੂੰ, ਜਦੋਂ ਇਹ ਚੀਜ਼ ਨੇ ਮੈਨੂੰ ਬਹੁਤ ਅਪਸੈਟ ਕੀਤਾ, ਮੈਂ ਸੱਚੀ ਗੱਲ ਹੈ, ਮੈਂ ਇੰਨੀ ਜ਼ਿੰਦਗੀ 'ਚ ਕਦੇ ਦੁਖੀ ਨਹੀਂ ਹੋਇਆ ਜਿਹੜਾ ਮੈਂ ਇਸ ਗੱਲ 'ਤੇ ਦੁਖੀ ਹੋਇਆ। ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਮੈਂ ਕਿਹਾ ਜੀ ਤੁਸੀਂ ਮੈਨੂੰ ਫੱਟ ਮੇਰੇ 'ਤੇ ਉਂਗਲ ਚੁੱਕੀ, ਪਰ ਤੁਹਾਨੂੰ ਯਾਦ 10 ਸਾਲ ਪਹਿਲਾਂ, 5 ਸਾਲ ਪਹਿਲਾਂ, 6 ਮਹੀਨੇ ਪਹਿਲਾਂ ਜਦੋਂ ਕੈਨੇਡਾ ਬੈਠੇ ਤੁਸੀਂ ਮੈਨੂੰ ਫੋਨ ਕਰ ਦਿੰਦੇ ਹੋ, ਅਮੈਰੀਕਾ ਬੈਠੇ, ਕਿ ਆਹ ਸਾਡਾ ਫਲਾਨੇ ਨੂੰ ਅਫਸਰ ਨੂੰ ਕਹਿ ਦਿਓ ਜੀ ਕੰਮ। ਜਾਂ ਤਾਂ ਮੈਂ ਉਹਨਾਂ ਕਲਾਕਾਰਾਂ 'ਚੋਂ ਹੁੰਦਾ ਕਿ ਮੈਂ ਪ੍ਰੋਗਰਾਮ ਲਾਇਆ ਅਤੇ ਜਾ ਕੇ ਆਪਦਾ ਬਾਂਬੇ ਬਹਿ ਗਿਆ ਜੀ, ਜੀ ਬਸ ਉਦੋਂ ਬਾਅਦ ਮੈਂ ਕਿਤੇ ਨਜ਼ਰ ਨਹੀਂ ਆਉਂਦਾ। ਅਤੇ ਜਦੋਂ ਮੈਂ ਕਿਸੇ ਨੂੰ ਕਹੂੰਗਾ ਆਹ ਮੇਰਾ ਕਰਿਓ ਜੀ, ਕੱਲ੍ਹ ਨੂੰ ਅਗਲੇ ਦਾ ਮੈਨੂੰ ਫੋਨ ਆ ਜਾਂਦਾ ਮੇਰੇ ਮੁੰਡੇ ਵਿਆਹ 'ਤੇ ਖਾੜਾ ਲਾਉਣਾ ਜੀ, ਅਤੇ ਮੈਂ ਕਿੱਧਰ ਜਾਵਾਂ ਜੀ? ਮੈਂ ਬੇਵਕੂਫ ਸੀਗਾ ਜਾਂ ਚੁੱਪ ਕਰਕੇ ਪਾਸੇ ਹੋ ਜਾਂਦਾ ਜੀ।
ਸੋ ਮੈਂ ਉਹਦੇ ਵਿੱਚ ਜ਼ਰੂਰ ਐਡ ਕਈ ਉਹ ਐਡ ਦਾ ਮੈਂ ਕੋਈ ਨਿੱਜੀ ਇੱਕ ਰੁਪਈਆ ਲਿਆ ਹੋਵੇ, ਕੋਈ ਮੈਂ ਉਹਦਾ ਹੋਰ ਕੋਈ ਨਿੱਜੀ ਫਾਇਦਾ ਲਿਆ ਹੋਵੇ, ਕਿਤੇ ਕੋਈ ਬੰਦਾ ਪ੍ਰੂਵ ਕਰਦੇ ਜੀ ਮੈਂ ਦੁਨੀਆਂ 'ਚ ਮੁੜ ਕੇ ਲੋਕਾਂ ਦੇ ਸਾਹਮਣੇ ਨਜ਼ਰ ਨਹੀਂ ਆਵਾਂਗਾ ਜੀ। ਔਰ 20-12 ਦੀਆਂ ਜੀ, ਉਸ ਤੋਂ ਬਾਅਦ ਆਈ ਗੱਲ ਕਿ 4-6 ਮਹੀਨੇ ਬਾਅਦ ਉਦੋਂ ਔਰ ਲੋਕਾਂ ਨੇ ਵੀ ਜਿਤਾਇਆ ਪਾਰਟੀ ਨੂੰ, ਅਕਾਲੀ ਦਲ ਦੀ ਸਰਕਾਰ ਬਣ ਗਈ ਜੀ। ਬਿਲਕੁਲ, ਉਸ ਤੋਂ ਬਾਅਦ ਤੁਸੀਂ ਡਿਸਟ੍ਰਿਕਟ ਪਲੈਨਿੰਗ, ਉਦੋਂ 4 ਮਹੀਨੇ ਬਾਅਦ ਮੈਨੂੰ ਪਲੈਨਿੰਗ ਬੋਰਡ ਦੇ, ਉਹ ਇੱਕ ਸੰਵਿਧਾਨਿਕ ਅਹੁਦਾ ਸੀ, ਕੰਸਟੀਟਿਊਸ਼ਨਲ ਪੋਸਟ ਸੀ, ਉਹ ਕੋਈ ਪਾਰਟੀ ਜਾਂ ਕੋਈ ਹੋਰ ਨਹੀਂ ਸੀ। ਮੈਂ ਬਾਹਰ ਰਹਿਣ ਕਰਕੇ ਮੈਂ ਯਾਰ ਬਹੁਤ ਸਾਲ ਬਾਹਰ ਗੁਜ਼ਾਰੇ ਆ ਅਤੇ ਮੋਹਾਲੀ ਮੇਰੀ ਕਰਮ ਭੂਮੀ ਹੈ, ਮੈਂ ਇੱਥੇ ਰਹਿੰਦਾ, ਕਿਉਂ ਨਾ ਮੈਂ ਜੇ ਹੋ ਸਕੇ ਸ਼ਾਇਦ ਮੈਂ ਇਹਦੇ ਲਈ ਕੁਛ ਚੰਗਾ ਕਰ ਸਕਾਂ, ਅਤੇ ਸਪੈਸ਼ਲੀ ਆਰਟ ਲਈ ਮੈਂ ਇਸ ਸ਼ਹਿਰ ਦੇ ਵਿੱਚ ਇਹਨੂੰ ਇੱਕ ਚੰਗਾ ਸੈਂਟਰ ਬਣਾ ਕੇ, ਜੋ ਇੱਥੇ ਅੱਛੇ ਆਡੀਟੋਰੀਅਮ ਚਾਹੀਦੇ ਆ, ਕੋਈ ਹੋਰ ਸਿਨੇਮੇ ਲਈ ਚਾਹੀਦੀ ਆ, ਇੰਡਸਟਰੀ ਸਟੂਡੀਓਜ਼ ਵਗੈਰਾ। ਪਰ ਉਹ ਜਦੋਂ ਮੈਂ ਵਿੱਚ ਉਹਦੇ ਵੜਿਆ ਅਤੇ ਮੈਨੂੰ ਸੱਚੀ ਗੱਲ ਆ, ਮੈਨੂੰ ਉਹ ਸਿਆਣੇ ਕਹਿੰਦੇ ਰਾਹ ਪਏ ਜਾਣਗੇ ਜਾਂ ਵਾਹ ਪਏ ਜਾਣਗੇ, ਅਤੇ ਮੈਨੂੰ ਲੱਗਿਆ ਵੀ ਨਹੀਂ, ਜੋ ਮੇਰੇ ਸੁਪਨੇ ਆ ਜਿਸ ਤਰ੍ਹਾਂ ਮੈਂ ਕੰਮ ਕਰਨਾ ਚਾਹੁੰਦਾ ਉਹ ਹੋ ਨਹੀਂ ਸਕਦਾ ਗਾ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ। ਨਹੀਂ, ਮੈਂ 1.5-2 ਸਾਲ ਉਹਦੀ ਮੈਂ 6 ਮਹੀਨਿਆਂ ਬਾਅਦ ਹੀ ਉਹਦੇ ਵਿੱਚੋਂ ਅਸਤੀਫਾ ਦੇ ਦਿੱਤਾ। ਜਦੋਂ ਹੁਣ 20-14 ਦੀਆਂ ਚੋਣਾਂ ਆਈਆਂ, 20-14 'ਚ ਮੈਂ ਕਿਸੇ ਪਾਰਟੀ ਦੀ ਕੋਈ ਰੈਲੀ ਕੀਤੀ ਹੋਵੇ ਜੀ, ਮੈਂ ਕਿਤੇ ਗਿਆ ਹੋਵਾਂ, ਮੈਂ ਕੋਈ ਕੰਪੇਨਿੰਗ ਕੀਤੀ ਹੋਵੇ, ਬਟ ਕੀ ਹੁੰਦਾ ਜ਼ਿੰਦਗੀ 'ਚ, ਕਹਿੰਦੇ ਹੁੰਦੇ ਆ ਕਿ ਗੈਰਾਂ ਕੋਲੋਂ ਡਰਨਾ ਕਿਹੜੇ ਭੇਤੀ ਨੇ, ਆਪਣਿਆਂ ਤੋਂ ਬਚ ਜਾ ਖੈਰ ਮਨਾਈ ਜਾ। ਅਤੇ ਉਹ ਪਿਛਲੀਆਂ ਕੋਈ ਐਸੀਆਂ ਰੰਜਿਸ਼ਾਂ ਦੋਸਤਾਂ ਮਿੱਤਰਾਂ ਦੀਆਂ ਸੀਗੀਆਂ ਜੀ, ਉਹ 20-12 ਵਾਲੀਆਂ ਮੇਰੀਆਂ ਗੱਲਾਂ ਇੰਨੀਆਂ ਹਾਈਲਾਈਟ ਜਾਣ ਕੇ ਉਹ 20-14 ਵਿੱਚ ਕੀਤੀਆਂ ਗਈਆਂ, ਅਤੇ ਉਹਦਾ ਮੈਨੂੰ ਦੁੱਖ ਹੋਇਆ। ਪਰ ਪਹਿਲਾਂ ਮੈਨੂੰ ਸੀਗਾ ਕਿ ਮਨ ਮੈਂ ਇਹ ਚੀਜ਼ਾਂ ਦਾ ਜਵਾਬ ਦੇਵਾਂ ਜੀ, ਹਿਸਟਰੀ ਕਿਹਦੀ ਨਹੀਂ, ਪਾਸਟ ਕਿਹਦਾ ਨਹੀਂ, ਕਿਹੜਾ ਕਦੋਂ ਕਿਹਦੇ ਨਾਲ ਖੜਾ ਸੀਗਾ ਜੀ, ਜਦੋਂ ਮਰਜ਼ੀ ਕੱਢ ਲਓ ਰਿਕਾਰਡ ਮਿੰਟਾਂ ਵਿੱਚ। ਪਰ ਫਿਰ ਮੈਨੂੰ ਮੇਰੇ ਉਸਤਾਦ ਬਾਪੂ ਜੀ ਪਾਰ ਸਾਹਿਬ ਦੀ ਗੱਲ ਨੇ ਬੜਾ ਹੌਂਸਲਾ ਦਿੱਤਾ ਕਿ ਬੇਟਾ ਵਕਤ ਬਹੁਤ ਵੱਡੀ ਚੀਜ਼ ਹੁੰਦਾ, ਵਕਤ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੰਦਾ ਗਾ, ਤੁਹਾਡਾ ਚੁੱਪ ਰਹਿ, ਜੋ ਤੂੰ ਹੈ ਉਹ ਅੱਜ ਨਹੀਂ ਤਾਂ ਕੱਲ੍ਹ ਲੋਕਾਂ ਨੂੰ, ਹੁਣ ਤੱਕ ਵੈਸੇ ਵੀ ਪਤਾ ਗਾ ਲੋਕਾਂ ਨੂੰ, ਜੇ ਨਹੀਂ ਤਾਂ ਹੋਰ ਜਿੱਦਣ ਭੁਲੇਖੇ ਉਹ ਦੂਰ ਹੋ ਜਾਣਗੇ ਜੀ। ਸੋ ਮੇਰਾ ਕਸਬ ਨਾਲ ਮੈਂ ਪਹਿਲੇ ਦਿਨ ਤੋਂ ਪੰਜਾਬੀ ਪ੍ਰਤੀ ਜਜ਼ਬਾਤੀ ਹਾਂ ਜੀ, ਬਿਲਕੁਲ ਉਹ ਸਾਰਾ ਪੰਜਾਬੀ ਸਿਨੇਮੇ ਪ੍ਰਤੀ ਜਜ਼ਬਾਤੀ ਹਾਂ, ਪੰਜਾਬੀ ਸੰਗੀਤ ਪ੍ਰਤੀ ਜਜ਼ਬਾਤੀ ਹਾਂ, ਅਤੇ ਮੇਰਾ ਹੋਰ ਕਿਸੇ ਪੋਲੀਟੀਕਲ ਪਾਰਟੀ ਕਿਸੇ ਹੋਰ ਏਜੰਡੇ ਨਾਲ ਕੋਈ ਲੈਣਾ ਦੇਣਾ ਨਹੀਂ। ਅਤੇ ਹਰਭਜਨ, ਹੁਣ ਇਸ ਤੋਂ ਬਾਅਦ 2017 ਦੀਆਂ ਚੋਣਾਂ ਆਉਣ ਵਾਲੀਆਂ ਵਾ ਜੀ, ਅਤੇ ਉਹਦੇ 'ਚ ਤੁਹਾਡਾ ਹੈ ਵਾ ਮਾਇੰਡ ਕਿਸੇ ਪਾਰਟੀ ਵੱਲੋਂ ਹਿੱਸਾ ਲੈਣ ਦਾ ਜਾਂ ਕਿਸੇ ਵੀ? ਮੈਂ ਸਿਰਫ ਔਰ ਸਿਰਫ ਪੰਜਾਬੀ ਸੰਗੀਤ ਨੂੰ ਸਮਰਪਿਤ ਹਾਂ ਜੀ। ਮੈਂ ਕਈ ਵਾਰੀ ਇਹ ਸਾਡੇ ਪੰਜਾਬੀ ਵਿੱਚ ਹੈ ਕਿ ਅਸੀਂ ਹਰ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਸ਼ਾਮਿਲ ਹੋ ਜਾਂਦੇ ਹਾਂ, ਕਿ ਮੇਰਾ ਖਿਆਲ ਮੇਰਾ ਕੰਮ ਆ ਜਿਹੜਾ ਮਾਲਕ ਨੇ ਸਿਰਫ ਮੈਨੂੰ ਗਾਉਣ ਲਈ ਭੇਜਿਆ, ਮੈਨੂੰ ਫਿਲਮਾਂ ਲਈ ਭੇਜਿਆ, ਉਸ ਵਿੱਚ ਮੈਂ ਜਿੰਨਾ ਵੀ ਕੰਮ ਕਰ ਸਕਾਂ ਤਾਂ ਮੈਂ ਸਮਝੂੰਗਾ ਕਿ ਮੇਰੀ ਖੁਸ਼ਕਿਸਮਤੀ ਹੈ, ਮੈਂ ਚੰਗਾ ਕੰਮ ਕਰ ਸਕਾਂਗਾ ਜੀ। ਬਾਕੀ ਜਿਹੜੀ ਪੋਲਿਟਿਕਸ ਆ ਜਾਂ ਹੋਰ, ਉਹਦੇ ਵਿੱਚ ਮੇਰਾ ਕੋਈ ਇੰਟਰਸਟ ਨਹੀਂ। ਮੈਂ 2017 ਵਿੱਚ ਕਿਸੇ ਵੀ ਪਾਰਟੀ, ਕੋਈ ਮੇਰੀ ਰਿਸ਼ਤੇਦਾਰ ਆ ਗਏ ਰਾਮੂਵਾਲੀਆ ਸਾਹਿਬ ਅਕਾਲੀ ਦਲ 'ਚ, ਮੇਰਾ ਸਕਾ ਮਾਮਾ ਸਭ ਤੋਂ ਛੋਟਾ ਉਹ ਆਪ ਵਿੱਚ ਆ ਜੀ। ਜੀ, ਸੋ ਹਰ ਪਾਰਟੀਆਂ 'ਚ ਤੁਹਾਡੇ ਰਿਸ਼ਤੇਦਾਰ ਹੁੰਦੇ, ਪਰ ਮੇਰਾ ਸਿਰਫ ਮੈਂ ਪੰਜਾਬੀ ਸੰਗੀਤ ਨੂੰ ਸਮਰਪਿਤ ਹਾਂ ਜੀ। ਹਰਭਜਨ ਮਾਨ, ਤੁਹਾਡੀ ਬਹੁਤ ਪੰਜਾਬੀ ਜ਼ੁਬਾਨ ਵਾਸਤੇ, ਵਿਰਸੇ ਵਾਸਤੇ, ਸੱਭਿਆਚਾਰ ਵਾਸਤੇ ਬਹੁਤ ਵੱਡਾ ਯੋਗਦਾਨ ਆ, ਔਰ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਆਉਣ ਵਾਲੀ ਫਿਲਮ ਜਿਹੜੀ ਆ ਉਹਨੂੰ ਬਹੁਤ ਕਾਮਯਾਬੀ ਮਿਲੂਗੀ। ਬਹੁਤ ਮਿਹਰਬਾਨੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਜੀ। ਤਾਂ ਇਹ ਸਨ ਹਰਭਜਨ ਮਾਨ, ਉਹਨਾਂ ਆਪਣੀ ਆਉਣ ਵਾਲੀ ਫਿਲਮ ਗੱਦਾਰ ਬਾਰੇ ਅਤੇ ਹੋਰ ਮਸਲਿਆਂ ਬਾਰੇ ਸਾਡੇ ਨਾਲ ਗੱਲਬਾਤ ਕੀਤੀ। ਤੁਸੀਂ ਵੀ ਸਾਨੂੰ ਇਸ ਫਿਲਮ ਬਾਰੇ ਆਪਣਾ ਫੀਡਬੈਕ ਭੇਜਿਓ। ਨਮਸਕਾਰ, ਸਤਿ ਸ਼੍ਰੀ ਅਕਾਲ।